الأرحمة كل الأرحمة جدنا حسن الصلوات عليه وعلى آبائه في هذه الساعة في كل ساعة من ساعة ولي وحافظ يا رب محمد وآل محمد صل على محمد وآل محمد وأجل فرجها صلاة دعا ہے تو سب تمام مومنین در دورایا مومنات ماما بھینا مرشدزادی در دورایا بیٹیاں در دورایا بانیان دی پر خلوص محنت صفحے ماتم بچھائی اساں ذاکرین دی پڑھائی مرشدزادی قبول و منظور فرمائی ذکر دا صدقہ جو مومنین و مومنات بیمار ہیں مولا شفائی کام آتے میرے مولا جو بے اولاد ہیں اولاد نری نہ کافا میرے مولا جو بے رزق ہیں رزق کا کافا میرے مولا ساڑے سارے اندر صغیرہ و کبیرہ گناہ معاف ہیں حقیقی بادشاہ دا جلد ظہور ہو بستے ہیں یا ہی کہنے والے او جائیں بسن وہ گھر وسن جتھے پنجا بارہ چودہ کا ذکر ہوتا ہے اس سال پھر تسا مومنین کی زیارت کا شرف حاصل ہے کہ ہمیشہ حسب معمول بلکہ حسب عبادت میں آدھرانہ مجلساں اشرا پاک شروع کروں تو پہلے کہ انسان کتے بھی کوئی تھوڑی بہتی مسٹیک ہو سکتی ہے تو اس کو زیادہ کوشش کرنی ہے کہ اگنور کرنا بھی ہے تو باقی یہ نوکری حضرت امام حسین بادشاہ دی جی وہ معاف کر سکتے تھے تو سن کر سکتے انشاءاللہ جس طرح ایک ترتیب ہے نوکری دی اسی طریقے دے نال آہستہ آہستہ کوشش کروں گا کہ قصائد دی شکل وچ نظم دی شکل وچ ربایات دی شکل وچ مصائب دی شکل تواڈے تک کوئی نہ کوئی پیغام پہنچدا ہے نوکری شروع کریے میرا رسول ہمیشہ کمال کرتا ہے میرا رسول ہمیشہ کمال کرتا ہے جو فیصلہ بھی کرے بے مثال کرتا ہے الزام بس علی علی حسین حسین جندی وجہ دے نال کائنات ان کا نام نہیں چاہیے تو میں اپنی نوکری کا آغاز ہی جناب ختمی عمر تو شروع میرا رسول ہمیشہ کمال کرتا ہے کی میں کمال کرتا ہوں بزرگ پڑھ دے ہوں دے ایک تاجر ہا تجارت کی غرض واسطے گھروں ٹورن لگ گئے ایک پتر اس اپنی بیوی کو آدھا ہے میرے پتر دی بارت ہو گئی میں تجارت کی غرض واسطے گھر جو باہر جا رہے ہیں ہو سکتا ہے کافی ٹائم لگ جائے کافی عرصہ لگ جائے ان کا خیال رکھیں پتر بیوی کے حوالے کر کے تر پیا ٹائم گزرتا آیا کافی دیر گزر گئی کافی عرصہ گزر گیا تجارت تو واپس آیا ہوں جو گھر چ آ کے ڈٹھا ہے ایک نہیں گھر چ ویڑے چ دو بچے کھیلتے ہوئے نظر آئے
ਦੋ ਬੱਚੇ ਖੇਡਦੇ ਨਜ਼ਰ ਆਏ। ਉਸੇ ਤਰ੍ਹਾਂ ਆਪਣੀ ਬੀਵੀ ਦੇ ਕੋਲ ਆ ਕੇ ਤਾਂ ਇਹ ਜਿਹੜਾ ਵੱਡਾ ਪੁੱਤਰ ਹੈ ਇਹ ਤਾਂ ਮੈਡਾ ਹੈ, ਇਹ ਛੋਟਾ ਪੁੱਤਰ ਕਹਿੰਦਾ ਹੈ। ਬੀਵੀ ਆਖਿਆ ਅੱਲਾ ਮਾਨ ਦੇਵੀ ਇਹ ਵੀ ਤੁਹਾਡਾ ਹੈ। ਇਹ ਕਹਿੰਦਾ ਨਹੀਂ ਮੈਂ ਨਹੀਂ ਮੰਨਦਾ, ਤਾਂ ਅਮਾਨਤ ਵਿੱਚ ਖਿਆਨਤ ਕੀਤੀ ਹੈ। ਸਿਆਣੀ ਆਈ ਮੋਮਨ ਆਈ ਮੁਸਕੁਰਾ ਕੇ ਆਦੀ ਬਹਿਸ ਕਰਨ ਦੀ ਜ਼ਰੂਰਤ ਨਹੀਂ, ਰਸੂਲ ਦੀ ਕਚਹਿਰੀ ਲੱਗੀ ਹੋਈ ਹੈ, ਵਹਿੰਦੇ ਹਾਂ ਫੈਸਲਾ ਕਰਵਾਉਂਦੇ ਹਾਂ। ਅੱਲਾ ਦੇ ਨਬੀ ਕੋਲ ਵਹਿੰਦੇ ਹਾਂ, ਆਪਣਾ ਸ਼ੱਕ ਦੂਰ ਕਰ। ਸਲਾਹ ਪਸੰਦ ਆਈ, ਦੋਵੇਂ ਮੀਆਂ ਬੀਵੀ ਦੋਵਾਂ ਬਾਲਾਂ ਨੂੰ ਨਾਲ ਲਾ ਕੇ ਪਹੁੰਚ ਗਏ ਸਰਕਾਰ। ਅੱਛਾ ਫਿਰ ਤੋਂ ਤੁਸੀਂ ਇਹ ਵੀ ਜਾਣਦੇ ਹੋ ਸੋ ਮੈਂ ਤਜਾਰਤ ਦੀ ਗਰਜ਼ ਵਾਸਤੇ ਗਈਆਂ, ਇੱਕ ਪੁੱਤਰ ਛੋੜ ਕੇ ਗਈਆਂ ਵਾਪਸ ਵੱਲਾਂ, ਦੋ ਪੁੱਤਰ ਖੇਡਦੇ ਹੋਏ ਨਜ਼ਰ ਆਏ, ਲਿਹਾਜ਼ਾ ਛੋਟੇ ਬੱਚੇ 'ਤੇ ਸ਼ੱਕ ਕੇ ਮੇਰਾ ਸ਼ੱਕ ਦੂਰ ਕਰੋ। ਹੁਣ ਤੁਹਾਡੇ 'ਤੇ ਸਵਾਲ ਹੈ, ਮੁਲਤਾਨ ਔਰ ਗਿਰਦੁਰਵਾ ਦੇ ਅਜ਼ੀਮ ਮੋਮਨ ਮੇਰੇ ਸਾਹਮਣੇ, ਤੁਹਾਡੇ 'ਤੇ ਸਵਾਲ ਹੈ, ਕਿਆ ਖਿਆਲ ਹੈ? ਅੱਲਾ ਦੇ ਨਬੀ ਆਪ ਜਵਾਬ ਨਾ ਦੇ ਸਕਦੇ, ਦੇ ਸਕਦੇ ਹਨ ਨਾ? ਜਿਹੜਾ ਅਲੀ ਦਾ ਵੀ ਸਰਦਾਰ ਹੋਵੇ ਜਵਾਬ ਨਾ ਦੇ ਸਕਦੇ, ਦੇ ਸਕਦੇ, ਲੇਕਿਨ ਅਜ਼ਮਤ ਦੱਸੀਏ। ਸਲਮਾਨ ਜੀ ਵਾਰਸ ਦੋ ਜਹਾਨ, ਇਹ ਘਰੋਂ ਮੇਰੇ ਹੁਸੈਨ ਕੋ ਤਾਂ ਘਿੰਨਾ, ਆਏ ਜਨਾਬ ਸਲਮਾਨ ਛੋਟਾ ਜਿਹਾ ਸਿੰਨ। ਇਹ ਲਫਜ਼ਾਂ ਦਾ ਅੱਗੇ ਪਿੱਛਾ ਕਰਨ ਵਾਸਤੇ ਅਸਾਂ ਵੱਡਾ ਛੋਟਾ ਬਣਾ ਦਿੰਦੇ ਹਾਂ, ਉਵੇਂ ਇਹਨਾਂ 'ਚੋਂ ਨਾ ਕੋਈ ਛੋਟਾ ਹੈ, ਇਹ ਸਾਰੇ ਵੱਡੇ ਨੇ ਤੁਹਾਡੇ ਤੱਕ ਗੱਲ ਪਹੁੰਚਾਉਣ ਵਾਸਤੇ। ਛੋਟਾ ਜਿਹਾ ਸਿੰਨ ਅੰਗਲ ਦੇ ਨਾਲ ਲਾ ਕੇ ਜਨਾਬ ਸਲਮਾਨ ਖੇਨਾ ਆਕਾ ਹੁਸੈਨ ਕੋ ਦਰਬਾਰ 'ਚ ਬਤੂਲ ਦੇ ਪੁੱਤਰ ਪਹਿਲਾ ਕਦਮ ਰੱਖੇ। ਉਹ ਜਿਹੜਾ ਛੋਟਾ ਪੁੱਤਰ ਜਾਂਦੇ 'ਤੇ ਸ਼ੱਕ ਗਈ, ਉਸ ਮਾਂ ਦੀ ਝੋਲੀ ਛੋੜੀਏ, ਹੁਸੈਨ ਦੇ ਕਦਮਾਂ 'ਤੇ ਹੱਥ ਰੱਖ ਕੇ ਸਲਾਮ ਕੀਤਾ। ਵਾਪਿਸ ਆ ਕੇ ਵੱਧ ਮਾਂ ਦੀ ਝੋਲੀ 'ਚ ਪੈ ਗਿਆ। ਸਰਕਾਰ ਕੋਲ ਕਾਫੀ ਮਸਲੇ ਮਸਾਇਲ ਆਉਂਦੇ ਰਹੇ, ਸਰਕਾਰ ਹੱਲ ਕਰਦੇ ਰਹੇ, ਜਵਾਬ ਦਿੰਦੇ ਰਹੇ, ਗੱਲਾਂ ਕਰਦੇ ਰਹੇ। ਕਾਫੀ ਟਾਈਮ ਗੁਜ਼ਰ ਗਿਆ, 3-4 ਘੰਟੇ ਗੁਜ਼ਰਨ ਦੇ ਬਾਅਦ ਇਹ ਤਾਜਰ ਵੱਧ ਉੱਠੇ। ਯਾ ਰਸੂਲ ਅੱਲਾ, ਦੂਰ ਦਾ ਸਫ਼ਰ ਕਰਕੇ ਆਏ ਹਾਂ, ਸ਼ਾਮ ਆਉਂਦੀ ਪਈ ਹੈ, ਵਾਪਸ ਵੰਜਣੇ, ਕੋਈ ਫੈਸਲਾ ਸਾਡੇ ਹੱਕ 'ਚ ਨਹੀਂ ਕੀਤਾ? ਜਲਾਲ ਆਏ ਚਿਹਰੇ 'ਤੇ ਬਤੂਲ ਦੇ ਬਾਬੇ ਦੇ, ਫਰਮੈਂਦਨ ਸ਼ਰਮ ਨਹੀਂ ਆਉਂਦੀ? ਹੁਸੈਨ ਨੂੰ ਸਲਾਮ ਸਿਰਫ ਹਲਾਲੀ ਕਰਦਾ ਹੈ। ਇਸ ਵਾਸਤੇ ਮੇਰਾ ਰਸੂਲ ਹਮੇਸ਼ਾ ਕਮਾਲ ਕਰਦਾ ਹੈ। ਅਗਰ ਖਾਲੀ ਮਜਾਲ ਹੈ ਮੈਂਬਰ ਹੁਸੈਨ, ਅਗਰ ਖਾਲੀ ਗੱਲਾਂ ਦੀ ਮਜਲਿਸ ਪੜ੍ਹਨੀ ਹੋਵੇ ਤਾਂ ਕਮ ਅਜ਼ ਕਮ ਅੱਧਾ ਘੰਟਾ 35 ਮਿੰਟ ਲੱਗ ਸਕਦੇ ਨੇ, ਅਤੇ ਕਮ ਅਜ਼ ਕਮ ਮੈਂ ਘੰਟਾ ਤਾਂ ਸੋਚਿਆ ਹੋਇਆ ਮੈਂ ਕਿਤਨਾ ਤਾਂ ਮੈਂ ਪੜ੍ਹ ਸਕਦਾ, ਅਤੇ ਬਾਕੀ ਅੱਗੋਂ ਸ਼ਾਹ ਜਾਣੇ ਰਾਹ ਜਾਣੇ ਉੱਤੇ ਲੱਗਾ ਜਾਵਾਂ ਤਾਂ ਉਹਦੀ ਮਿਹਰਬਾਨੀ, ਤੁਹਾਡੀ ਮਿਹਰਬਾਨੀ, ਬਰਦਾਸ਼ਤ ਕਰੋ, ਅੱਲਾ ਜ਼ਿੰਦਗੀ ਕਰੇ। ਮੇਰਾ ਰਸੂਲ ਹਮੇਸ਼ਾ ਕਮਾਲ ਕਰਦਾ ਹੈ, ਜੋ ਫੈਸਲਾ ਵੀ ਕਰੇ ਬੇਮਿਸਾਲ ਕਰਦਾ ਹੈ। ਮੇਰੇ ਰਸੂਲ ਕੋ ਸ਼ਮਸੋ ਕਮਰ ਸੇ ਮਤ ਪਹਿਚਾਨ, ਕਿ ਐਸੇ ਕਾਮ ਤੋਂ ਇਨਕਾ ਬਿਲਾਲ ਕਰਦਾ ਹੈ। ਆਊਜ਼ ਬਿੱਲਾਹ ਮਿਨ ਸ਼ੈਤਾਨ ਰਜੀਮ, ਬਿਸਮਿਲ੍ਲਾਹ ਰਹਿਮਾਨ ਰਹੀਮ।
نجوى مالك الملك ودبره تدبيرا صلوات سلام على اشرف الانبياء الرسول المسدد والمصطفى المجد والمحمود الامام سيدنا ونبينا وشفيع ذنوبنا وطبيب قلوبنا الذي كان داعيا إلى الله بإذنه وسراج منيرا أما بعد فقد قال الله تعالى في محكم كتاب المجيد بسم الله الرحمن الرحيم يا أيها الذين آمنوا اتقوا الله وكونوا مع الصادقين حيدر سردار زمانے دا حیدر سردار زمانے دا اے دنیا اندھی کوئی لئی وچ نور دے خاک ملا دینا اے دانش مندی جے ہم سر آئی لے سامنے آ میڈا ویر پابندی کوئی نہیں اساں جگتے پیر علی منے آئے جد باد بلندی باجمات سارے مل کے اساں جگ تے بسم اللہ کراں اساں جگ تے پیر علی منے آئے جند باد بلندی امام حسین بادشاہ تہاڈی نوکریاں قبول و منظور فرماؤ میرے تک خبر پہنچ گئی ہے کہ بانیان دا بھائی مسلم دا اللہ زندگی کرے پیغام پہنچیا ہے کہ بزرگاں دی انداز وچ کوئی تھوڑا جہا سلسلہ ہے بھی تے ملتان گڑھ آزاداری دا بہت بہت شاباز بزرگ ذاکر سوتے ہوئے نے اس دھرتی تے لاہوروں بندہ آ کے تو تواڈے ملتان دی اگر تھوڑی جی یاد تازہ کرے تے داتا حق بن لے جڑے شہباز ذاکر اتھوں دے گزرے انہاں دے انداز وچ یا سارا
मदहा सराई हुसैन सराई हुसैन दी पै गई ये दो जहां दुहाई थोड़े जख्मी आई हथ नाल बाजी दे चोले सींदी रही है जख्मी हालत चा कायली सड़े अपने हुजरे च बीबिया दिया यायली मैं टुरी वैनिया मेड़िया चंद वसी तयली मेरे बाद शादी जरूर करें अली फरमान बतूल तेरे बात शादी बीबिया दिए चुनी वैनिया फातिमा नाम कलाबिया खानदान आई जड़ा मेरे घर आए हुसैन दुआ हथ नाल सलाम करें आदे अम्मा करबला दे गरीब दा सलाम शादी जरूर करें आका एली चंद वसीता करन दे बाद बीबिया दियाली बाहर लगे वो मेरी शर्मा वाली इज्जतां वाली धी को सड़ो आलिया सैन मां दे हुजरे चाई बीबिया दी मेरी धी मेरे बाद हसन दी शादी करें दूसरी वसीयत कफन एक नहीं डूबना वे मरकज है अजादारी का किसे जाकर दी मेरा ख्याल मेहनत करने की जरूरत नहीं इन दिनों
याद रखो मेरा ईमान है मेरा यकीन है हांज इथों दी इथ इथे 7 बजे फिर 8 वस्ती में दिल पे उतारो गल्ला आप ही हांज आवे सी बिबिया दी कफन दो बनावे हसन दी शादी करे अल्लाह अकबर आखरी वसीयत इंदी कीती है दीवारा हलियन बीबिया दिए मेरे बाद हुसैन दी शादी करे बुजुर्ग का एक बयान सुनाओ जडा हुसैन दी शादी थी वंजे बीबिया दी अम्मा वात बीबिया दिए ताडा वीर हुसैन को जैवे ले रब देवी पुत्र सजा दे उंदी नाजक गंड ते कई बारी देवे बोसे माजा क्या बात है देर लगती है वीर हुसैन को जैवले रब देवी पुत्र सजा दे उंदी नाजक कंड ते कई बारी डेवे बोसे माज नाजक गंड ते कई बारी देवे बोसे माज बर्दाश्त करे सो अगला जुमला बीबिया दिए मुंह रख के सोनिया तलिया ते पैगाम देवे दुखिया दे मां आदी हावी किवें पैदल टुर से पांदे औखे निशान मुरख के सोनिया तलिया ते पैगाम देवे दे मां आहदी हाई किवें पैदल टुर से पांदे औखे निशान ہے مولا دنیا دے کسے غم وچ نہ رواوے یکھی ہمیشہ شبیر دے غم وچ رووں اے آقا حسین دی امانت تے اکھاں ہمیشہ سخی شبیر دے غم وچ ہی رووں دنیا دے کسے غم وچ نہ رووں امام زمانہ دی شاہی ہوئے انہاں دا ظہور ہوئے انہاں دا ظہور ہی اساں مومنہ دی اساں شیعہ دی اصل خوشی ہے امام دے ظہور واسطے دعا ضرور منگیا کرو اور انہاں دے ظہور و سلامتی واسطے بلند سلام صرف حکم پورا کیتے میرا سارے جان دیو کہ میں پہلی دفعہ نہیں ਗਲਬਨ ਤੀਸਰਾ ਸਾਲ ਹੈ ਤੁਹਾਡੇ 'ਚ ਨੌਕਰੀ ਕਰ ਰਹੇ ਹਾਂ ਵੈਸੇ ਵੀ ਮੈਂ ਕੋਈ ਨਵੀਂ ਜਗ੍ਹਾ 'ਤੇ ਜਾਵਾਂ ਤਾਂ ਮੈਂ ਕਦੇ ਨਹੀਂ ਆਖਿਆ ਕਿ ਮੈਂ ਤੁਹਾਡੇ ਮਿਜ਼ਾਜ ਤੋਂ ਵਾਕਿਫ ਨਹੀਂ ਅਲੀ ਵਾਲਿਆਂ ਦੇ ਮਿਜ਼ਾਜ ਕੋਈ ਦੋ ਨਹੀਂ ਹੁੰਦੇ ਵਿਲਾਇਤ ਮੰਨਣ ਵਾਲੇ ਮਾਸ਼ਾਅੱਲਾ ਸਾਰੇ ਬੈਠੇ ਨੇ ਸੋਚਣ ਵਾਲਾ ਕੋਈ ਵੀ ਨਹੀਂ ਬੈਠਾ ਤੋ ਆਪਣੇ ਅੰਦਾਜ਼ 'ਚ ਮੇਰੀ ਅੱਜ ਦੀ ਪਹਿਲੀ ਨਜ਼ਮ ਸ਼ਾਇਰ ਮੀਰ ਤਕੱਲਮ ਇਹ ਨਜ਼ਮ ਮੇਰੀ ਬੜੀ ਸੁਣੀ ਗਈ ਬੜੀ ਪਸੰਦ ਕੀਤੀ ਗਈ ਲਿਖਿਆ ਹੈ ਕਿਉਂਕਿ ਮੇਰੀ ਆਦਤ
मैं इबादत समझदा चाहता कलाम लिखा हो नाम चाहे ना मेम्बर ते मैं कभी नहीं किया कि मैं मसाले ते लिख लिया जहाँ लिखा हो नाम मीर तकलम साहब का कलाम है अगे जरा हिसाब किताब है वह गुलाम अब्बास रतन है अक्सर बंदे हिसाब किताब से चुप कर लेंगे कोई आसान नहीं है हिसाब किताब इस दे भी कोई नंबर होंगे 40-50 क्योंकि हिसाब किताब बड़ी मशहूर और मारूफ नज़म खसूसन अगर मुल्तान ने ना सुनिया तो फिर तो किसी ने भी सुनना ही नहीं ना क्योंकि लफ्जा के नाल खेडन वाला मजमा थोड़ा पिकअप बहुत अच्छा है थोड़ा कैच करना बड़ा बड़ा अच्छा है लफ्जा की कदर करने वाले पुराने आजादार बैठे और कदीमी ये जाए जिथे मुहर्रम पढ़ता पिया पहली नज़म जनाबे सैयदा दी मीर तकलम दी लिखी हुई उन्दे बाद फिर एक होर नज़म उन्दे बाद फिर होर कसीदा लैन जाने हुसैन जाने उन्दे बाद फिर तैयारी दे दो जुमले जिस तरह एक रूटीन बनी हुई जिस तरह तरतीब बुजुर्ग देख मैं हमेशा आदराना मजल सोनी ना होनी इमाम हुसैन जानते हैं लेकिन पढ़ने कंजूसी कभी नहीं की मैं अपनी नौकरी हाँ अक्सर बंदे सज्जे खब्बे वेंदे ते मेरा तुहाडे ते सवाल है कि साढ़े च सज्जे खब्बे वेखण नाल नमाज आउंदी है बस ये गल का ख्याल रखो मैं ये नहीं आदा उठ के नारे मारो इंज करो वो करो मैनू वेखो तवज्जो करो मेरी आदत ही नहीं मैं इन्हां गल्लां का सहारा नहीं लैंदा मैं अपनी पढ़नी है तुसां अपनी पढ़नी है बस सज्जे खब्बे जिहड़ा ना ये नहीं ये साढ़े च नहीं आउंदा जनाबे फातिमा ज़हरा तुम्हारे आने से जनाबे फातिमा ज़हरा तुम्हारे आने से अमीर खाना हुआ फिर गरीब खाने से जनाबे फातिमा ज़हरा तुम्हारे आने से सानी मिसरा जनाब तक पहुंचा है जनाब फातिमा ज़हरा तुम्हारे आने से अमीर खाना हुआ फिर गरीब खाने से अमीर खाना हुआ फिर गरीब खाने से एक जगह ते नज़म पढ़ता पे एक बंदा दरम्यान छोटे जाकिर साहब क्या जनाब सैयदा दे आवन तो पहले एक घर गरीब हा सवाल है जनाब सैयदा दे आवन तो पहले एक घर गरीब आ मैं फिर उसनों जवाब दिता कि गुजारिश यह है कि तुहाडे नज़दीक जिहड़ी इमारत है वह कोठियां ते बंगले हो सन जायदाद जमीन मैं इस इमारत की गल नहीं की मैं उस इमारत की गल कर रहा कि जनाब सैयदा दे आमन दे नाल 11 इमाम आए हूँ पता लगा जनाब फातिमा ज़हरा तुम्हारे आने से अमीर खाना हुआ फिर गरीब खाने से दरे बतूल पे इस्लाम दे रहा है सदा दरे बतूल पे सदा केड़ी
भी तेरे खजाने से जनाबे आबाद रहो सलामत रहो दरे बतूल पे इस्लाम दे रहा है सदा हुसैन चाहिए बीबी तेरे खजाने से अली का इश्क हो या मुश्क हो तबर सकते कभी छुपाने से जनाब आबाद रहो वस्त लो जिस शेर वास्ते मैं नजम शुरू की थी सिमट के हुर की जबी से लिपट गया फातिमा जहरा का बांधे जाने से जिनको मिली होती है उल्फत आले नबी जिनको मिली होती है उल्फत आले नबी जिनको मिली होती है उल्फत आले नबी जिनको मिली होती है उल्फत आले जिनको मिली नबी जिनको मिले होती है उनकी तकदीर फरिश्तों से भरी होती है उल्फत आले नबी जिनको मिले आले नबी जिनको मिली होती है उनकी तकदीर फरिश्तों से भली होती है मिली भली ये काफी है मिली होती है भली होती है डराया होया बंदिया ओ हशर तौबा तौबा हशर दा मैदान ये जेड़े वेले शिया वैसे ना हशर च इन्हां नूं पता लग वैसे मातमिया नू ना डरा सानू हैदर करार दे जड़े मोमन बैठे आका हुसैन दे जड़े मनन वाले बैठे हशर तो ना माशर तो ना डरा मसलन हशर की आग बला हमको जलाए कैसे हशर की आग बला असा जन्नत च जाना है बंदे नमाजा पढ़ते जन्नत वास्ते रोजे जन्नत वास्ते हज जन्नत वास्ते जकात जन्नत वास्ते जेड़ा भी अमल है
लालच जन्नत दाए हर बंदा दावेदार मैं जन्नत च जाना है मैं जन्नत च जाना है लेकिन गुलाम अब्बास रतन मिंबर ते खड़ के बहुत बड़े अजा खाने दे विच खलो के ऐलान करके आदा केड़ी गल खुद मोमन का नगर है तू ये पाए तबीयत लगी है तड़को होर लाइए होर लाइए कोशिश कर आए विरद पकौंदा पिया नाम अली दा विरद पकौंदा पिया नाम अली दा विरद पकौंदा पिया नाम अली दा विरद अल्लाह दर्जात बुलंद करे उस्ताद जाकिर मलिक मुख्तार ओ पढ़दे आंदे हन बगदाद शहर दा चौके बहलोल दा शौके जमीन खा गई आसमां कैसे कर ओ टोर के टोर असी भी जाना है न्याज मौल ए लफ्ज ओ आदे ओदे दुकान सजाई बैठा है मिट्टी दिया ढेरियां बना के कीमतां लिखियां 5,000 12,000 14,000 72 मकाना दिया कीमत रखी वड्डा सड़ा बोर्ड रखा है बहलोल पैराडाइज प्रॉपर्टी डील दुकान सजाई बैठा विरद पकौंदा पिया नाम अली दा विरद पकौंदा पिया नाम अली दा विरद पकौंदा पिया नाम अली दा प्यारा नाम अली दा अली दा अद्धा दिन या सारा दिन मजदूरी करता वो जड़ी उजरत मिले आ पैसे मिलना वो बालां च तकसीम करे आ ते मंगदा केड़ी शाय मेरा पुत्र आखो अली हक बच्चे आखना अली हक पैसे मिलना वो बालन अली हक उस दौर दी मिठाई तकसीम करे आ अली हक अली हक के एक बच्चे कुछ ज्यादा ही अली हक माँ पूछा माँ आखे ना मेरा बेटा खाना अली हक प्यू दे सामने आया वो स्कूल गया मैं अली हक फिर आप पूछा अली हक ज्यादा ही अली हक अली हक अली हक अली हक के क्यों भी मारिया माँ भी मारिया भिरा भी मारिया एक कितू सबक याद कर अली हक के अली हक के मारिया गमगीन हो के सुता है शेर दा एंगल चेक करना गमगीन हो के सुता है डी चढ़िया है और बाकी दे बच्चे उनके दोस्त जेड़े मिलके कर दें अली हक दरवाजे ते आए यार सानू पता लग गए तेनू बड़ी मार पई है तेरे बाबे तेनू मारे माँ ही तेनू मारे भिरा ने भी मारे हाँ मारे वो बच्चे उस बच्चे तो मुखातब होकर आ फिर एक फैसला किया है सर रल के करिए कि मैं भाई क्यों ना यार स्कूल जाके शादा विरद पकाइए शादा विरद पकाइए क्यों ना यार स्कूल जाके शादा विरद पकाइए शादा विरद पकाइए सारा दिन मुंह मिठारा सीना भी अली दा चाहिए
सलामत रहो वसदे रहो। एक शेर होर पढ़दा, सखी शहनशाह शाहबाज कलंदर को पूछया जी साई कलंदर किवें बने हो, ऐसा केड़ा अमल कीता कलंदर किवें बने हो, ये रुतबा किवें मिले। सखी जरा जवाब दिता किवें बई, लजपाली शाना खूब बधाइया, शाना खूब बधाइया, लजपाली शाना खूब बधाइया, शाना खूब बधाइया, अपने दर ते नौकर रख के कीर्तियां ने वडे आइया, कीर्तियां ने वडे आइया, मैनू शाहबाज बना के शाह पर दे मोरा लागे, मैनू शाहबाज बना तारीख कह रही है मुहर्रम के चांद में, तारीख कह रही है मुहर्रम के चांद में, सैदानियों के वक्त अचानक उलट गए, इतनी गरीब हो गई बेटी अमीर की, आलिया के एक लिबास में 2 साल कट गए, इबादत समझ नहीं आया। चंद मुतलक एक दो जोड़े पढ़ता रहा, एक दो बंद सुनो, उनके बाद थोड़ा जा हिस्सा तैयारी का। कल कई बंदियां अपने घरां च खड़ के चंड डिठा उसी, कईयां कारोबार के दौरान दुकाना ते बैठा, मावां भेणां परदे सलामत रहन, तुसां भी अपने घर च बैठ के चंड डिठा उसी, अली दियां धीआं इहो चंद जंगलां च डिठा। पढ़दा रहना पहली मां मुहर्रम को, जड़ा चन फलक ते चढ़िया देख के चन को, सैयद ने चा इन्ना लिल्ला देख चन को, सैयद ने चा इल्ला लिल्ला सब कुछ सैयद ने, तू चन आसमानी मैं चन जहरा वा जोड़ अजीब है जुड़िया, तू तारे नाल आबाद रसे मेडा उजड़ वैसी घर सदकी हसबे इबादत जिथा भी मुहर्रम पढ़ा, अपनिया मावा भेण आगे मोमली लगे भिरावा गे सादा तो राम अगे मिन्नत करदा रहना, ए चन खुशियां दा नहीं चढ़िया, ए मोमन मर्द ते माइया
ਈ ਚੰਨ ਦੇ ਵਿੱਚ ਖਾਤੂਨ ਦੇ ਚੰਨ ਪੁੱਤਰਾਂ ਦੀਆਂ ਲਾਸ਼ਾਂ ਈ ਚੰਨ ਵਿੱਚ ਮੁਲਕ ਬੇਗਾਨੇ ਤੇ ਰੁੱਲ ਗਈਆਂ ਦਰਦ ਸਤਾਈਆਂ ਚੰਨ ਦੇ ਵਿੱਚ ਹੱਥ ਰੱਸੀਆਂ ਪਾ ਕੇ ਸਣੀ ਲਾਸ਼ ਫਿਰਾ ਤੇ ਭੈਣ ਤੇ ਭਰਾ ਬਤਿਆਰੀ ਦਾ ਇੱਕ ਜੁਮਲਾ ਸੁਣੋ ਭੈਣ ਤੇ ਭਰਾ ਵਸਦੇ ਵੇਲੇ ਘਰ ਚ ਬਹਿ ਕੇ ਦੀਨ ਦੇ ਮੁਸਤਕਬਿਲ ਦੀ ਸਲਾਹ ਪੇ ਕਰਦੇ ਕਿਆ ਬਾਤ ਹੈ ਕਦਰਦਾਨਾ ਚ ਪੜਦਾ ਪਿਆ ਹਰ ਬੰਦਾ ਰੋ ਹੀ ਨਹੀਂ ਸਕਦਾ ਮੈਂ ਇਹ ਲਫ਼ਜ਼ ਕਦੇ ਨਹੀਂ ਇਸਤੇਮਾਲ ਕੀਤੇ ਕਿ ਬੇਹਯਾ ਅੱਖ ਨੂੰ ਕਿਹੜਾ ਪਤਾ ਨਾ ਬੇਹਯਾ ਆਉਂਦਾ ਹੀ ਨਹੀਂ ਹੁਸੈਨ ਦੀ ਮਜਲਿਸ ਵਿੱਚ ਹਯਾ ਵਾਲੇ ਹੀ ਆਉਂਦੇ ਨੇ ਇਹੋ ਜਿਹੇ ਲਫ਼ਜ਼ ਕੋਈ ਜ਼ਰੂਰੀ ਨਹੀਂ ਬੇਹਯਾ ਇਹੋ ਜਿਹੇ ਲਫ਼ਜ਼ ਮੈਂ ਕਦੇ ਨਹੀਂ ਮੈਂਬਰ 'ਤੇ ਇਸਤੇਮਾਲ ਕੀਤੇ ਬੇਹਯਾ ਆ ਹੀ ਨਹੀਂ ਸਕਦਾ ਹੁਸੈਨ ਨੂੰ ਸਿਰਫ ਗੈਰਤਮੰਦ ਹੀ ਰੋਂਦਾ ਵਸ ਦੇ ਵੇਲੇ ਭੈਣ ਤੇ ਭਰਾ ਘਰ ਚ ਬਹਿ ਕੇ ਦੀਨ ਦੇ ਮੁਸਤਕਬਿਲ ਦੀ ਸਲਾਹ ਪੇ ਕਰਦੇ ਜਾਂ ਦਰਵਾਜ਼ੇ ਤੇ ਦਸਤਕ ਹੋਈਏ ਇਹਨੂੰ ਦਰਵਾਜ਼ੇ ਤੇ ਦਸਤਕ ਹੋਈਏ ਉਹਨੂੰ ਸ਼ਬੀਰ ਪੜਿਆ ਇਨਾ ਲਿਲਾ ਮੈਂ ਸਦਕੇ ਆਉਂਦਾ ਉਹ ਭਰਾ ਦੇ ਚਿਹਰੇ ਦੀ ਆਸ਼ਕ ਭੈਣ ਸਰ ਚੁੰਮ ਕੇ ਆਦੀ ਹੈ ਇਹ ਆਏ ਤਾਂ ਉੱਥਾਂ ਨਹੀਂ ਪੜ੍ਹੀਂਦੀ ਜਿੱਥਾਂ ਮੌਤ ਦੀ ਖਬਰ ਹੋਵੇ ਭੈਣ ਦਾ ਸਰ ਚੁੰਮ ਕੇ ਆਦਨ ਮੌਤ ਨਹੀਂ ਮੌਤਾਂ ਦੀ ਖਬਰ ਹੈ ਕਿਆ ਬਾਤ ਹੈ ਲਫ਼ਜ਼ ਹੀ ਹੁੰਦੇ ਜਿਹੜੇ ਤੁਹਾਡੇ ਤੱਕ ਪਹੁੰਚਾਉਣੇ ਮੌਤ ਨਹੀਂ ਮੌਤਾਂ ਦੀ ਖਬਰ ਹੈ ਮੈਂ ਸਦਕੇ ਥੀਵਾਂ ਦਰਵਾਜ਼ੇ ਤੇ ਆਏ ਦਰਵਾਜ਼ਾ ਖੋਲ ਲਏ ਇਮਾਮ ਫਰਮੈਂਦਨ ਮੈਂ ਜਾਣਦਾ ਤੂੰ ਕੌਣ ਏ ਮੈਂ ਇਹ ਵੀ ਜਾਣਦਾ ਤੇ ਤੂੰ ਕੈ ਭੇਜਿਆ ਕਿਉਂਕਿ ਮੈਂ ਇਮਾਮ ਹਾਂ ਇਮਾਮ ਗਾਫਲ ਨਹੀਂ ਹੁੰਦੇ ਇਮਾਮ ਨਾਜ਼ਮੇ ਕਾਇਨਾਤ ਹੁੰਦੇ ਇਮਾਮ ਕੋਲੋਂ ਕਿਹੜੀ ਸ਼ੈ ਛੁਪੀ ਹੋਈ ਹੈ ਇਮਾਮ ਫਰਮੈਂਦਨ ਤੇਰਾ ਮਕਸਦ ਹੀ ਜਾਣਦਾ ਤੇ ਕੋ ਕੈਂ ਭੇਜੇ ਮੈਂ ਇਹ ਹੀ ਜਾਣਦਾ ਇਮਾਮ ਫਰਮੈਂਦਨ ਤੂੰ ਵੰਝ ਮੈਂ ਆਂਦਾ ਇਹੋ ਆਕੇ ਇੱਕ ਬੰਦ ਸੁਣਾਵਾਂ ਹੁਣ ਜੋ ਸ਼ਬੀਰ ਪਿਛਲੇ ਪੈਰੀ ਵਾਪਸ ਵੱਲਣ ਉਹ ਜਿਹੜੀ ਫਿਰਾ ਦੇ ਚਿਹਰੇ ਦੀ ਆਸ਼ਕ ਭੈਣ ਆਈ ਬਰਦਾਸ਼ਤ ਨਹੀਂ ਕਰ ਸਕੀ ਹੁਸੈਨ ਕੋ ਰੋਂਦਾ ਡੇਕਿਆ ਦੀ ਕਦੇ ਨਾ ਰੋਵੇ ਕਹਿ ਰਵਾਈ ਭੈਣ ਨੂੰ ਦੱਸਾ ਭੈਣ ਮਰ ਵਈ ਦਰਵਾਜ਼ੇ ਤੇ ਕੌਣ ਸਈਆਂ ਦਾ ਦਨ ਭੈਣ ਵਲੀ ਦਾ ਸਿਪਾਹੀ ਹਾ ਵਲੀ ਦੇ ਸਿਪਾਹੀ ਦਾ ਨਾਮ ਅਲੀ ਦੀ ਧੀ ਰੋਂਦੀ ਰੋਂਦੀ ਜ਼ਮੀਨ ਤੇ ਬਹਿ ਗਈ ਫਿਰਾ ਦਾ ਹੱਥ ਨਾਪਕੀਆਂ ਦੀਏ ਮੈਂ ਤਾਂ ਸਮਝਿਆ ਹਾ ਅਸਾਂ ਵਸਦੇ ਪਿਆ ਸਾਡੇ ਉਜੜਨ ਦੀ ਰੁੱਤ ਦੂਰ ਜੇ ਆ ਗਈ ਏ ਗੁਰਬਤ ਚੰਨ ਵਿਰਣ ਕਰ ਖੁਸ਼ ਥੀ ਕੇ ਮਨ
ਸਦਕੇ ਪਰ ਖਿਆਲ ਰੱਖੇ ਤੈਨੂੰ ਬਈਅਤ ਕੀਤੇ ਜੇ ਲੋਕ ਕਰਨ ਮਜਬੂਰ ਕਰੇ ਸਾਫ ਇਨਕਾਰ ਤੂੰ ਪਿਓ ਵਾਂਗੂ ਮੈਂ ਕੁਸ਼ਾਮ ਦਾ ਪੰਥ ਮਲ ਬਿਬਿਆ ਦੀ ਸ਼ਾਮ ਜਾਣੇ ਦੋ ਤਰੇ ਮਿੰਟ ਹੋਰ ਅੱਲਾਹ ਅਕਬਰ ਸੈਯਦ ਆਦਿਲ ਭੈਣ ਮੈਂ ਇਮਾਮਾ ਮੈਂ ਇਲਮੇ ਇਮਾਮਤ ਦੇ ਨਾਲ ਜਾਣਦਾ ਵਲੀਦ ਮੇਰਾ ਕਾਤਿਲ ਨਹੀਂ ਮੈਂ ਹੁਣੇ ਵਾਲਾ ਸਾਂ ਮੈਨੂੰ ਵੰਜਣ ਦੇ ਦਰਬਾਰ ਵੰਜਣ ਦਾ ਨਾਮ ਹੈ ਫਿਰਾ ਦਾ ਦਮ ਨਪਕਿਆ ਦੀਆਂ ਇਕੱਲਾ ਨਾ ਵੰਜਣ ਦੇ ਸਾਂ ਸੈਯਦ ਆਦਮ ਮੈਂ ਇਮਾਮ ਵਲੀਦ ਮੇਰਾ ਕਾਤਲ ਨਹੀਂ ਬੀਬੀ ਜਦਾਂ ਦਾ ਹਸਨ ਤੁਰਿਆ ਮੇਰੇ ਉਮਤ ਤੋਂ ਇਤਬਾਰ ਉੱਠ ਗਏ ਨ ਜਦਾਂ ਦੀ ਮਾਂ ਤੁਰਿਆ ਮੇਰੇ ਇਤਬਾਰ ਉੱਠ ਗਏ ਮੈਂ ਇਕੱਲਾ ਨਾ ਵੰਜਣ ਦੇ ਸਾਂ ਭਰਾ ਵੰਜਣਾ ਚਾਹੁੰਦਾ ਹੈ ਭੈਣ ਵੰਜਣ ਨਹੀਂ ਦੇਂਦੀ ਬਲਕਿ ਦਮ ਨੱਪੀ ਖੜੀ ਹੈ ਰੋਦੀ ਖੜੀ ਹੈ ਆਦੀ ਖੜੀ ਹੈ ਇਕੱਲਾ ਨਾ ਵੰਜਣ ਦੇ ਸਾ ਇਹ ਮੰਜ਼ਰ ਕਹਿ ਡਿੱਠਾ ਹੈ ਫਜ਼ਲ ਦੀ ਮਾਂ ਜਨਾਬੇ ਲੋ ਬਾਬਾ ਨਾ ਲੈ ਨਸੰਬਲੀ ਜਲਦੀ ਦੇ ਨਾਲ ਆਪਣੀ ਹਵੇਲੀ ਆਈ ਹੈ ਹਾਲਤ ਕਿਹੜੀ ਡਿੱਠੀ ਹੈ ਸਰਕਾਰ ਅੱਬਾਸ ਸਰਕਾਰ ਫਜ਼ਲ ਨੂੰ ਸੀਨੇ ਤੇ ਲਿਟਾਈ ਬੈਠੇ ਨ ਵਫਾ ਦੇ ਦਰਸ ਪੈਡੇ ਨ ਅਕਬਰ ਤੇਰਾ ਫਿਰਾ ਨਹੀਂ ਤੇਰਾ ਸਰਦਾਰ ਏ ਕਾਸਮ ਤੇਰਾ ਸਰਦਾਰ ਏ ਅਸਗਰ ਤੇਰਾ ਸਰਦਾਰ ਏ ਤੂੰ ਉਹਨਾਂ ਦਾ ਨੌਕਰ ਏ ਸਦਕੇ ਸਦਕੇ ਹੁਸੈਨ ਦੀਆਂ ਧੀਆਂ ਤੇਰੀਆਂ ਭੈਣਾਂ ਨਹੀਂ ਤੇਰੀਆਂ ਸੈਣੀਆਂ ਇਹ ਵਫਾ ਦੇ ਦਰਸ ਪੈਡੇ ਨੇ ਜ਼ਮੀਨ ਤੇ ਬਹਿ ਕੇ ਜਨਾਬੇ ਫਜ਼ਲ ਦੀ ਮਾਂ ਰੋਣਾ ਸ਼ੁਰੂ ਕੀਤਾ ਜਿਵੇਂ ਪੱਖੀ ਨੂੰ ਗਜ਼ ਲੱਗਦਾ ਹੈ ਸਰਕਾਰ ਅੱਬਾਸ ਤੜਪ ਕੇ ਉੱਠਣ ਰੋਕਿਆ ਦੰਡੂ ਬਾਬਾ ਕਹਿ ਰਵਾਈ ਬੀਬੀਆਂ ਦੀਆਂ ਬਾਸ ਕਹਿੰਦੀ ਜੁਰਤ ਜੋ ਤੇਰੀ ਜ਼ਿੰਦਗੀ ਵਿੱਚ ਮੈਨੂੰ ਕੋਈ ਰਵਾਵੇ ਅੱਬਾਸ ਜੇ ਸੱਚ ਪੁੱਛਦਾ ਹੈ ਮੈਨੂੰ ਕਿਸੇ ਨਹੀਂ ਤੈ ਰਵਾਏ ਅੱਬਾਸ ਮੈਨੂੰ ਫਜ਼ਲ ਦੀ ਮਾਂ ਮੈਂ ਕਿਵੇਂ ਰਵਾਏ ਬੀਬੀਆਂ ਦੀ ਅਜੀਬ ਮੰਜ਼ਰ ਵੇਖਾਈਆਂ ਆਲੀਆ ਦੀ ਹਵੇਲੀ ਅਜੀਬ ਮੰਜ਼ਰ ਵੇਖਾਈਆਂ ਭੈਣ ਫਿਰਾ ਦਾ ਦਮ ਨੱਪੀ ਖੜੀ ਏ ਹੁਸੈਨ ਕੈ ਪਾਸੇ ਵੰਜਣਾ ਚਾਹੁੰਦਾ ਹੈ ਤਿਆਰ ਏ ਭੈਣ ਵੰਜਣ ਨਹੀਂ ਦੇਂਦੀ ਰੋਂਦੀ ਪਈਆ ਦੀਆਂ ਇਕੱਲਾ ਨਾ ਵੰਜਣ ਦੇ ਸਾਂ ਮੈਂ ਸਦਕੇ ਥੀਆ ਇਤਨਾ ਸੁਣਿਆ ਏ ਪੱਗ ਦੇ ਪੇਜ ਖੁੱਲ ਕੇ ਗੱਲ ਚੈਨ ਤਲਵਾਰ ਨੀਆਂ ਮਿੱਚੂ ਕੱਢੀ ਏ ਉੱਚਾ ਰੋ ਗਿਆ ਦਿਨ ਮੇਰੀ ਜ਼ਿੰਦਗੀ ਵਿੱਚ ਭੈਣ ਤੇ ਫਿਰਾ ਰੋਵਾਂ ਮੇਰੀ ਜ਼ਿੰਦਗੀ ਦਾ ਮਕਸਦ ਛੋਟੀਆਂ ਹਵਾ ਜੁੜਦੀਆਂ ਦਿਨ ਅੱਬਾਸ ਵੱਜਦੇ ਆਦਨ ਤੇ ਇਹੋ ਹੱਕ ਲਾਉਂਦੇ ਦਿਨ ਲੱਭੇ ਕਿਆ ਹੁਸੈਨ ਲੱਭੇ ਕਿਆ ਹੁਸੈਨ ਮੇਰੀ ਜ਼ਿੰਦਗੀ ਵਿੱਚ ਭੈਣ ਤੇ ਫਿਰਾ ਨਾ ਰੋਵੋ ਸਦਕੇ ਮੁੱਕਦੀ ਪਈ ਹੈ ਮੇਰੀ ਪੜ੍ਹਾਈ ਜਲਦੀ ਦੇ ਨਾਲ ਟੁਰਦੇ ਹੋਏ ਸੈਣ ਦੀ ਹਵੇਲੀ ਹੈ ਇਹ ਮੰਜ਼ਰ ਵੇਖਣਾ ਹੈ ਬੇਸਾਖ ਤਾਂ ਹੰਝ ਨਿਕਲ ਰਹੀ ਸੀ ਕੁਝ ਚੀਜ਼ਾਂ ਆਉਂਦੀਆਂ ਜਿਹੜੇ ਵੇਖਣ ਨਾਲ ਤਾਲੁਕ ਰੱਖਦੀਆਂ ਮਿਸਾਲ ਦੇ ਤੌਰ 'ਤੇ ਪਹਿਲੇ ਤਾਂ ਫਿਰਾ ਦਾ ਦਮਨ ਇੰਝ ਨੱਪੀ ਖੜੀ ਆਈ ਜਿਵੇਂ ਜੋ ਅੱਬਾਸ ਹਵੇਲੀ ਦੇ ਅੰਦਰ ਕਦਮ ਰੱਖਿਆ ਦਮਨ ਛੋੜ ਕੇ ਆ ਗਈ ਹੁਣ ਵਾਂਝ
ਬੀਬੀਆਂ ਦੀਆਂ ਜਿਵੇਂ ਦਿਲਈ ਮੈਂ ਮਾਜ ਮੇਰਾ ਮਾਣ ਆ ਗਿਆ ਉਹ ਮੇਰਾ ਜਲਾਲੀਆਂ ਵਾਲਾ ਆ ਗਿਆ ਹੁਸੈਨ ਹੁਣ ਜਿਵੇਂ ਦਿਲਈ ਸ਼ਬੀਰ ਦੇ ਕਦਮਾਂ ਤੇ ਹੱਥ ਰੱਖ ਕੇ ਸਲਾਮ ਕੀਤਾ ਅੱਬਾਸ ਫਰਮਾਇਆ ਮੇਰੀ ਜ਼ਿੰਦਗੀ ਵਿੱਚ ਭੈਣ ਤੇ ਫਿਰਾ ਰੋਵੋ ਮੇਰੇ ਜੀਵਨ ਦਾ ਮਕਸਦ ਕਹਿ ਰਵਾਇਆ ਸ਼ਬੀਰ ਫਰਮਾਇਆ ਅੱਬਾਸ ਵਲੀਦ ਮੈਨੂੰ ਦਰਬਾਰ ਚ ਛੱਡੇ ਖੁਦਾ ਦੀ ਲਾਨਤ ਹੋਵੇ ਅੱਬਾਸ ਮੈਂ ਦਰਬਾਰ ਵੰਜਣਾ ਚੰਨ ਅੱਬਾਸ ਮੈਂ ਜਾਣਦਾ ਵਲੀਦ ਮੇਰਾ ਕਾਤਿਲ ਨਹੀਂ ਮੈਂ ਵੰਜਣਾ ਚਾਹਨਾ ਭੇਣ ਵੰਜਣ ਦੇਂਦੀ ਅੱਬਾਸ ਮੈਂ ਇਹ ਹੀ ਜਾਣਦਾ ਉਹ ਮੇਰੇ ਕੋਲੋਂ ਬੈਤ ਮੰਗ ਸੀ ਬੈਤ ਦਾ ਨਾਮ ਹੈ ਗਾਜ਼ੀ ਮੌਲਾ ਕਦਮਾਂ ਤੇ ਹੱਥ ਰੱਖਣ ਰੋ ਕੇ ਆਦਨ ਜੇ ਮੰਗ ਦਿਲ ਪਈਆ ਤੇਰੇ ਵੀਰ ਦੇ ਕਾਤਿਲ ਘਰ ਛੋੜ ਨਹੀਂ ਚੱਲ ਜ਼ਹਰਾ ਦਾ ਇੱਕ ਲਾਜ਼ਾ ਮੈਂ ਕੂ ਇਜ਼ਨ ਚਾ ਦੇਖਣਾ ਬਦਲਾ ਹਸਨ ਹਸਨ ਲਜ਼ਾਦ ਮੈਂ ਸਦਕੇ ਤੇ ਕੂ ਵਤਨ ਮਦੀਨਾ ਗਾਜ਼ੀਆਂ ਦਾ